ਖਾਸ ਰਿਆਣਾ ਦੇਖਣ ਆਲੇ ਸਾਰੇ ਦਰਸ਼ਕਾਂ ਨੂੰ ਸੋਨੁਬਾਲੀ ਗ੍ਰਾਮ ਰਾਮੀ ਸਟੇਮ ਪਾ گاਉਂ ਬੂੜਾ ਖੇੜਾ ਮੈਂ ਹੋਰ ਠੀਕ 1 ਸਾਲ ਪਹਿਲਾਂ ਮੈਂ ਆਇਆ ਥਾੜਾ ਔਰ ਜੋ ਆਪਣਾ ਪਾਛੇ ਰੇਸਮਾ ਮੈਸ ਦੇਖਣ ਲੱਗ ਰਹੇ ਹੋ ਬਾਈ ਇਸਤੀ ਆਪਣਾ ਸ਼ਾਮੀ ਲਾਈਵ ਮਿਲਕਿੰਗ ਕਰੀ ਸੀ ਜਦ 31 ਕਿਲੋ تھے ਔਰ ਬਾਈ ਨੇ ਕਹਿਆ ਥਾ ਕਿ ਯਾ ਇਬੇ ਤੋੜ ਦਿੰਦੇ ਰਿਕਾਰਡ ਤੋਂ ਲੇਕਿਨ ਕਿ ਮੈਂ ਬਾਤ ਥੀ जो नहीं होण पाई थी उस टाइम पर लेकिन भाई ने उस टाइम पर कही थी वो क्लिप मैं डाल भी देऊंगा कि भाई जल्द ही या 35 किलो था, दा ऊपर दूध गाढ़ाएगी ठीक है एक साल बाद आए हां और आज वो चीज ओ भी गई है नरेश भाई हमारे साथ में हैं नरेश भाई राम-राम राम-राम भाई आपका YouTube चैनल देखने वाले सारे भाई आना राम-राम तो उस टाइम पे आप कह रहे थे कि काढ़ना तो इब्बे था लेकिन एक साल लेट हो गए रिकॉर्ड तोड़ने में आप नहीं लेट तो नहीं है भाई सोनू पशु बीमार हो जाए सेट ना हो खावे पीवे ना उसकी वजह ते भी रह जाए कोई अपनी भी कमी रह जाए कुछ ना कुछ ਜ਼ਰੂਰੀ ਨਹੀਂ ਹੈ ਭਾਈ ਜੋ ਆਮ ਸੋਚਾਂ ਆਪਸ ਉਸ ਪੇ ਖਾਰਾ ਉਤਰੈ ਮਸ਼ੀਨ ਨਹੀਂ ਹੈ ਪਸੂ ਹੈ 2 ਘੰਟੇ 30 ਪਲੱਸ ਵਾਲੀ ਕਿਸੋ ਕੀ ਵੀ ਬੈਸੋ 2 ਘੰਟੇ ਜੁਗਾਲੀ ਨਾ ਕਰੋ ਇੱਕ ਟਾਈਮ 2 ਕਿਲੋ ਦਾਣਾ ਕਮ ਖਾਓ ਤੋ ਉਹ ਬੈਕ ਮਾਰੇਗੀ ਕਿਸੇ ਕਾ ਵੀ ਤੋ ਮੰਨੇ ਜਦ ਯਾ ਵੀ ਬਾਤ ਸੁਣਨ ਮ ਆਈ ਹੈ ਕਿ 5 ਮਿੰਟ ਕੀ ਜਗਾਲੀ ਰੁਕ ਗਈ ਸੀ ਜਦ ਵੀ ਟੈਨਸ਼ਨ ਹੋ ਗਈ ਸੀ ਮੇ ਟੈਨਸ਼ਨ ਤੋ 5 ਮਿੰਟ ਕੀ ਛੋੜੇ 1 ਮਿੰਟ ਕੀ ਵੀ ਜੁਗਾਲੀ ਰੁਕ ਜਾਂਦੀ ਤੋ ਮਾਲਿਕ ਪਸ਼ੂ ਦਾ ਜ਼ਿਆਦਾ ਮਾਲਿਕ ਦਾ ਟੈਨਸ਼ਨ ਹੋ ਜਾਏ ਕਿਸੇ ਦੀ ਸਵਾਲੀਆ ਨਿਸ਼ਾਨ ਬਿਠਾਇਆ ਹੋਗਾ ਆ ਕਿ ਭਾਈ ਮੰਨ ਲੈ ਇਤਨਾ ਇਤਨਾ ਦੂ ਥੋੜਾ ਕਾਢੇ ਕਰੋ ਔਰ ਮੈਨਾਂ ਸੁਣਨ ਮੈਂ ਨਿਵਿਆਈ ਦੀ ਨਿਵਲੇ ਰਤਾਂ ਤੋਂ ਕਹੋ ਨਿਵਲੇ 37 ਸਸਾਂ ਨਿਵਲੇ 40 ਕਿਲੋ ਵੀ ਗੈਡਸ ਕਾਮ ਨਹੀਂ ਆਬਜੈਕਸ਼ਨ ਕਰਨ ਵਾਲੇ ਬਤੇਰੇ ਹਨ ਸੋਨੂ ਭਾਈ ਆਪਣਾ ਕਿਸੇ ਪਰ ਕੋਈ ਦਿੱਕਤ ਕੋ ਨਹੀਂ ਜਿਸ ਭਾਈ ਦਾ ਜ਼ਿਕਰ ਆਬਜੈਕਸ਼ਨ ਕਰਾ ਇਹ 37 ਸਸੋ ਕਾਢਿਆ ਕਈ ਭਾਈ ਨੇ ਆਬਜੈਕਸ਼ਨ ਕਰਿਆ ਮੈਂ ਭਾਈ ਘਰ ਆਇਆ ਕਾ ਦੁੱਧ ਦੇਖ ਕੇ ਗਏ 20 ਦਿਨ 25 ਦਿਨ ਬਾਅਦ ਦੁਬਾਰਾ ਚਵਾਈ ਕਰਾਈ ਗਰਮੀ ਦਾ ਮੌਸਮ ਦਾ ਗਿਆਬਣ ਦੀ ਮੈਂ ਸਾਢੇ 3 ਮਹੀਨੇ ਕੀ ਫਿਰ ਵੀ ਮੈਂ ਇਸ ਨੇ 34 ਕਿਲੋ 886 ਗ੍ਰਾਮ ਦੁੱਧ ਦੇ ਆ 15 ਦਿਨ ਬਾਅਦ ਦੁਬਾਰਾ ਅਰ ਜੇ ਜੀ ਜੋ ਮੌਸਮੀ ਪਿਛਲੇ 3 ਦਿਨ ਤੱਕ ਤਾਂ ਜੇ یوں ਮੌਸਮ ਰੰਦਾ ਨਹੀਂ ਤਾਂ ਆਮ 37 616 ਨਾ ਕਰ ਉਸ ਕਰਦੇ ਦੇਖ ਮੈਂ ਦਾਵਾ ਨਹੀਂ ਕਰਦਾ ਕਿਸੋ ਚੀਜ਼ ਦਾ ਜੇ ਦੀ ਆ ਗਿਆ ਜੇ ਮਾਰਾ ਦਿਲ ਕਰਿਆ ਮੇਲੇ ਆ ਮਨੇ ਛੋੜ ਦिए ਦੁੱਧ ਚਵਾਈ ਕੇ ਵੀ ਸਾਰੇ ਮੇਲੇ ਨਾ ਵੀ ਲੜਾਂ ਆ ਮਾਰੀ ਕੋਸ਼ਿਸ਼ ਰਹੇਗੀ ਜਿਸ ਦਿਨ ਵੀ ਦੁੱਧ ਤਲਵਾਵੇਂ ਆ ਗਈ ਇਸ ਮੈਂ ਇਸ ਦਾ ਤਾਂ 40 ਪਲਸ ਦੁੱਧ ਕਰ ਉਸ ਕਰਕੇ ਲਾਈਵ ਚਲਾਉਂਗਾ ਨਹੀਂ ਲਾਈਵ ਨਹੀਂ ਚਲਾਉਂਗਾ ਜਿਸ ਟੈਂਪਰ ਹੀ ਗਾੜੀ ਉਤੋੜੇ ਹਨ ਉਸ ਟੈਂਪਰ ਤਾਂ ਬਰੇ ਜੋੜ ਸੁ ਕਾ ਇਤਨਾ ਮੌਸਮ ਹੋ ਰਹਾ ਹੈ ਨਹੀਂ ਮੌਸਮ ਥਾ ਭਾਈ ਜੀ दूध फिर भी बढ़िया तोल गई भैंस इस ब्यात में मैंने चार बार कोशिश करी दूध तानने की चार बार मैं पीडीएफे झगराऊं लेके गई भैंस में मारोगी उड़े बच्चा पल नहीं लगी ले दूध नहीं दिया घरा तलाई पीडीएफे तक आ गए 20 25 दिन बाद 36 प्लस भैंस साल दी चल दी 29 किलो पे पड़ी बीमार होगी दोबारा लवास में टेस्ट कराए रोर 15 10 दिन इसका ग्लूकोजला की रोर दोबारा दूध तोले 37 600 तोल्या कंसे कई भाई ने डाउट करया ਉਹ ਅਬਾਈ ਆਏ ਵੀ ਆਪਣਾ ਕਾਂਡਾ ਲੈ ਕੇ ਵੀ ਆਇਆ ਆਪਣਾ ਕੋਈ ਦਿੱਕਤ ਨਹੀਂ ਦੁਬਾਰਾ ਮੈਂ ਇਸਨੇ ਦੁੱਧ ਤੋਲਿਆ 31 ਕਿਲੋ 886 ਗ੍ਰਾਮ ਉਹ ਆਪ ਬਾਈ ਸੰਤੁਸ਼ਟ ਹੋ ਗਏ ਨੇ ਬੋਲੇ ਭਾਈ ਤੋਲ ਸਕਾ ਬੈਸ ਲਾਈਵ ਮਿਲਕਿੰਗ ਮੈਂ ਜਦ ਕਮੈਂਟ ਗਏ ਹਣ ਲਾਇਗਰੇ ਤੇ 5-5 ਕਿਲੋ ਵੀ 5-5 ਕਿੱਲੇ ਜੋ ਨਾਮ ਕਰਾਨੀ ਹੈ 5-5 ਲੱਖ ਦਾ ਨਾਮ ਟਿਕਣੀ ਮੈਂ ਪਾਈ ਫਿਰ ਦੁਬਾਰਾ ਭਾਈ ਸੋਨੂ ਨਾ ਤੋ ਆਪਨ ਕਿਸੇ ਪੰਜ ਕਿੱਲੇ ਲੈ ਲੈਣੇ ਨਹੀਂ ਫਿਰ ਵੀ ਉਨ੍ਹਾਂ ਤੋਂ ਹਾਂ ਆਪੇ ਤੋ ਸਿਰਫ ਉਹਨੂੰ ਬਾਈਆਂ ਖੈਤਰੀਆ ਕਰ ਸਕਾਂਦੇ ਉਹਨੂੰ ਬਾਈਆਂ ਖੈਤਰਾ ਆਪਣਾ ਦੁਬਾਰਾ ਲਾਈਵ ਮਿਲਕਿੰਗ ਚਲਾ ਦੇ ਉਨਾਂ ਸੰਤੁਸ਼ਟ ਕਰਨ ਖੈਤਰ ਜੋ ਵੀ ਬਾਈ ਦੇਖ ਆਪਨ ਕੋਈ ਦਿੱਕਤ ਨਹੀਂ ਤੋਂ ਮੈਂ ਇਸਨੇ ਸੇਲ ਕਰਨ ਕੀ ਮਨ ਮੈਂ ਹੈ ਕਿਉਂਕਿ ਸੁਖਬੀਰ ਭਾਈ ਨੇ ਆਪਣਾ ਨੇ ਪਹਿਲਾਂ ਸੇਲ ਕਰਦੀ ਥੀ ਸੁਖਬੀਰ ਨੇ ਸੇਲ ਕਰਦੀ ਥੀ ਭਾਈ ਆਪੇ ਆ ਬੈਂਸ ਕਾ ਦੇ ਵੀ ਨਹੀਂ ਸੇਲ ਕਰਾਂਗੇ ਅੱਛਾ ਬਿਲਕੁਲ ਕੀ ਬਾਤ ਹੈ ਇਹ ਕ ਬਿਆਨ ਤਾ ਬੇਚਣ ਦਾ ਪਹਿਲਾਂ ਕੀ ਠੀ ਸੇਲ ਕਰਨਗੀ ਇਹ ਸਨੀ ਭਾਈ ਹੈ ਰਾਣੀਆਂ ਦਾ ਘੋੜਿਆਂ ਵਾਲਾ ਇੰਡੀਆ ਮੈਂ ਪੂਰਾ ਇੰਡੀਆ ਜਾਣਾ ਇਸਨੇ ਹਰੀਸਪੁਰ ਦਾ ਕੋਈ ਘੋੜੇ ਮੈਂ ਬਰੀਡਰ ਵੀ ਨਹੀਂ ਹੋਗਾ ਅੱਜ ਕਾ ਟਾਈਮ ਮੈਂ यू लेन आया था आपने इस तरह कलियर बताया तीन किलो दूध कम था तिरथन मैस ते 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 तो दे।, ते 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 दे दी मैंने यह बात पहले क्लियर खोल के दे तो दी कहा था भाई बहस दूंगा तो दूध तोल के दूंगा नहीं बहस दूंगी आपने लगाए थे सनी भाई साहब आईयो एक बार आईय पीछे नहीं लगाए आए थे है, सुन न आई है आपका मन बस गई थी या। है बिल्कुल बिल्कुल मन में आज भी बसी है जी और नरेश भाई के पास कोई रिकॉर्ड नहीं था भले पिछली बारी चोई थी तब भी आए थे तभी तो भाई जब भी कभी आपका मन करे तो हम इसकी सेवा करेंगे आप अगर आपका मन हुआ भी कहीं आपने देने यहाँ पर भी अपना घर है घर कर कर इधर आए हैं आते रहते हैं जाते रहते हैं पर खुशी वाली बात बहुत हुई है इस अचीवमेंट पर इस लाइन पर हमारी गुड़ों की लाइन है पर देखो एक हौसला बजाई होती है इतने भाई है हैं सारा परिवार अपना सारी फैमिली है मैं तो ये मानता तो, हूँ लाइफ स्टॉक में घोड़े कुत्ते कबूतर जो भी ये रिकॉर्ड है सब लाइफ स्टॉक में आता है पर मेहनत करने वाला जो ऐसे अचीवमेंट करे भाई उसका तो एक स्पेशल सम्मान आकर जरूर बंदा हाथ बांध कर करना चाहिए ऐसे भाई है कोई नरेश की जगह और भी होगा कल मेरी भी होगी ऐसा ऐसा सब अपन करेंगे और आप न्यूज़ है यूट्यूबर्स है आपकी इतनी बड़ी देन है जो ये प्लेटफॉर्म है ये आप पूरे वर्ल्ड में दिखाते हो तो ये सबसे खुशी वाली बात है भाई तो इस तरह के रियर जो पशुओं हुए हैं वो बहुत ही कम मिले हैं तो इनके लिए कुछ ज़्यादा केयर करने की भी ज़रूरत होती है देखो अगर पानी भी ट्यूबवेल से निकाले ना तो वो भी बीस लीटर से बढ़िया बढ़िया बंदा नहा लेता आदमी तीस पैंतीस छत्तीस किलो दूध देना केयर तो एक्स्ट्रा मांगे ही मांगे इनकी सारी फैमिली का मैं ना एक दिन लेकर आ रहा था कोई बहस और रस्ते में धूं बहुत थी और यहाँ रुके और रुकन के बाद क्या हुआ भी इतना परिवार की मैंने मेहनत देखी चार बजे ये सारा परिवार इधर उठा हुआ था चार बजे सुबह के चार बजे पूरी परिवार फैमिली सारी इधर काम कर रही थी और भाई साहब मेहनत कोई देखता नहीं तो नुकताचीनी करने वाला मेरे जैसा बैठकर बंदा भाई कोई भी बोल सके पता तो तब लगे जब तरह से दूध निकले और इतना परिवार की एफिशियट कितना उनकी मेहनत है वो देखो आप बहुत मेहनत है एक्स्ट्रा संभालिए एक्स्ट्रा केयर है फिर जाकर ऐसा जो देखो वर्ल्ड में पूरे में एक आधा जानवर है लिमिटेड एनिमल्स होते हैं ऐसे और उनकी केयर तो भाई एक्स्ट्रा चाहिए चाहिए नरेश भाई ने कहा था कि पूरी साल में सिर्फ दो महीने उसके बाद में जितना भी टाइम देखाड़ी करी है यार आंखा में इसका किस तरह के भाव है उसका यानी सारे एक्सप्रेशन तो सारा का सारा वो चेक रहे हैं अजय भाई आजी भाई, भाई साहब राम राम भाई खास हरियाणा देखने दर्शक ने अजय बंदरोली की तरफ जोड़ के राम राम सोनू भाई राम राम है इस तरियाँ के जब पशु देखा हाँ हरियाणा में पंजाब में तो कहीं ना कहीं न्यू लागे है कि हम कुछ कुछ यूनिक हाँ दुनिया है देखिए भाई न्यू कहा लक्ष्मी चंद पकड़ ले कस के मन कपटी की डोरी ने कदे ना कद की दया राम ने तो भाई ने तो डोरी पकड़ ली कि मैंने वर्ल्ड रिकॉर्ड बनाना है पहला सुखबीर डांडा भाई ने देखिए भाई वर्ल्ड रिकॉर्ड बनाया था सरस्वती मैसो थी अपनी और अबरेस मान ने वर्ल्ड रिकॉर्ड बना दिया आज मान सम्मान चल रहा है भाई और भाई बहुत ही खुश मिजाज है भाई एक बार सुखबीर भाई आ जाओ ਇੱਕ ਕੰਮ ਹੋਰ ਕਰ ਰਿਹਾ ਭਾਈ ਸੁਖਬੀਰ ਭਾਈ ਬੈਸਦੂਤ ਬੜਾ ਚੰਨ ਲੱਗ ਰਿਹਾ ਸੁਖਬੀਰ ਵੇਟ ਘਟਾਤਾ ਬੜਾ ਆਨੰਦ ਆ ਰਿਹਾ ਜਿੰਦਗੀ ਦਾ ਬਹੁਤ ਤੋਂ ਮੇਰਾ ਕਹਿਣ ਦਾ ਮਤਲਬ ਇਹ ਹੈ ਆਪਣਾ ਸੁਣੋ ਭਾਈ ਪਸ਼ੂ ਪਾਲਨ ਦਾ ਜੋ ਆਪਣਾ ਨਾਮ ਹੈ ਹਰਿਆਣਾ ਪ੍ਰਦੇਸ਼ ਦਾ ਪੰਜਾਬ ਦਾ ਭਾਈ ਇੱਕ ਅਲੱਗ ਹੀ ਹੈ আর ਮਿਹਨਤ ਕਰੇ ਜਾ ਕੋਈ ਮਾੜਾ ਕੰਮ ਨਹੀਂ ਹੈ ਭਾਈ ਦੇਖੋ ਅਸੀਂ ਇਸ ਵਿੱਚ ਲੱਗ ਰਹੇ ਹਾਂ ਵੀਡੀਓ ਬਣਾਉਂ ਹੈ ਅੱਛੇ ਅੱਛੇ ਪਸ਼ੂ ਦਿਖਾਉਂ ਹੈ ਔਰ ਦੋ ਭਾਈ ਦੇ ਜੋ ਸਾਈ ਲਵਾਈਆ ਰਹਿ ਕੇ ਦਿਖਾਈਏ ਭਾਈ ਸਾਦਾ ਬੇਸ ਗਿਆ ਪਰ ਦਿਨ ਰਾਤ ਪਸ਼ੂ ਪਾਲਨ ਮੇ ਕੰਮ ਕਰ ਰਹੇ ਹੋ ਭਾਈ ਔਰ ਹਰਿਆਣੇ ਮੈਂ पशुपालन वगैरह आप काम करो हो तो एक टाइम खुद खाना ना खावा कोई टेंशन कोन्या पेट में दर्द हो जा कोई बात हो जा वीकनेस आ जा

ਹਾਂ ਸਹੀ ਲਾਲੀ ਬਾਤ ਸਾਹਿਬ ਲਿਆ ਘੰਟੀ ਕੇ ਲੱਛਾ ਲੈ ਕੇ ਜਾਣਾ ਪੜੇਗਾ ਰੇ ਤੋਂ 20 ਕਿਲੋ ਦੁੱਧ 1400 ਰੁਪਏ ਦਾ ਹੋ ਗਿਆ ਇੱਕ ਦਿਨ ਦਾ ਸੋਦਾ ਤੀਏ 42 42000 ਰੁਪਏ ਹੋ ਗਏ ਭਾਈ ਤੇ ਸਹੀ ਲਗੇ ਵਿਚਾਰ ਲਿਓ ਭਾਈ ਉਹ ਆਪਣੇ ਇੱਕ ਯੂਆ ਪਸ਼ੂ ਯੂਆ ਪਸ਼ੂ ਪਾਲਕ ਮੈਂ ਇੱਕ ਨੌਕਰ ਮੈਂ ਕੀ ਫਰਕ ਹੈ ਭਾਈ ਯੂਆ ਮੈਂ ਇੱਕ ਨੌਕਰ ਮੈਂ ਉਹ ਫਰਕ ਹੈ

ਯੂ ਸਖਸ ਨਹੀਂ ਭਾਈ ਯੂ ਵੀ ਰੇਸ ਮਤ ਅਗਾਟ ਕੋ ਨਹੀਂ ਕਿਉਂਕਿ ਰਿਜ਼ਲਟ ਯੂ ਵੀ ਪੂਰਾ ਹੀ ਕਾਡਾ ਹੈ ਨਹੀਂ ਰਿਜ਼ਲਟ ਤੋਂ ਸੋਨੂ ਭਾਈ ਮਿਹਨਤ ਦੇਖੋ ਆਪਣੀ ਮੂੰ ਤਈਬ ਨੂੰ ਕਹਾਂ ਕਿ ਨਾ ਇਤਨੀ ਕਰੀ 10 ਸਾਲ ਡੰਗ ਰਾਂ ਲੰਸੋਏ ਲੈ ਜੁਗਾੜ ਕੋਨਤਾ ਕਿ ਮੈਂ ਲਾ ਲਿਆ ਪਨੂ ਨਹੀਂ ਕਹਿੰਦੇ ਬਿਡਾਈ ਮਾਰਾਂ ਆ ਜੈਡ ਹੋ ਗਈ ਜਾਂ ਥੋੜਾ ਜਨਾ ਜੁਗਾੜ ਹੋ ਗਿਆ ਸਭ ਤਾਂ ਨੀਚੇ ਨੇ ਦੇਖ ਕੇ ਟੈਂਪਾਸ ਕਰੋ আর ਭਾਈ ਮਿਹਨਤ ਕਰੋ ਬੜਿਆ ਰਹੇਗਾ और रिकॉर्ड की बात है देखो जैसे दो दांत का सन्नी भाई का हो गया 21 किलो 900 ग्राम का भाई जी इक्कीस किलो 900 ग्राम का दो दांत का सन्नी भाई का सन्नी रानिया का नाम था तो जो देवराज घोड़ा है भाई के पास चार दांत का ओमवीर पांडवान भाई उनकी जोटी ने निकालिया था अट्ठाईस किलो चार कुछ ग्राम निकालिया था चार सौ नुआसी चार सौ नवासी ग्राम और जो बड़ी भैंसों में है वो रेशमा का हो गया भाई जी सैंतीस किलो छः सौ ग्राम का तो बड़ी खुशी है कई बार न्यू लागे जावा वहा यू बन गया उपर नहीं उपर पावा क्योंकि जब वाली ने, ने यू काम करेगा ज्यादा दूध या ना निकलाइल भी। भी तो बुलाना था और भाई भी होंगे आ, भाई हाँ मैं तो तड़ा ना उतरंगे और वो ऊपर न चढ़ेंगे मेहनत उनकी ज्यादा होगी नहीं तो वो ज्यादा मेहनत करेंगे तो भाई उनका रिजल्ट अच्छा रहेगा और कई बार वो चालीस किलो की भी तैयार कर दे 40 ਕਿਲੋ ਰੇਸ਼ਮਾ ਵੀ ਤਿਆਰ ਕਰ ਸਕਦੇ ਕਰ ਸਕੇ ਭਾਈ ਜੀ ਜਮਾ ਸੁਣਨ ਦਾ ਮਾਈ ਇਹ ਨੂੰ ਕਹਿੜ ਦਿੰਦੇ ਜੀ ਇਸਤਰੀਆਂ ਦਾ ਨਹੀਂ ਨਹੀਂ ਸਾਢੇ 3 ਮਹੀਨੇ ਕੀ ਗਿਆਪਣ ਹੈ ਸੋਨੂ ਭਾਈ ਆ ਅਰ ਆਪਾਂ ਨੂੰ ਹੀ ਪਤਾ ਆਪੇ ਹਰਿਆਣਾ ਮੇ ਰਵਾ ਹਾਂ ਜ਼ਿਆਦਾਤਰ ਪਸ਼ੂ ਪਾਲਣ ਦਾ ਜੁੜੇ ਹਾਂ ਬਈ ਜੋ ਸਾਢੇ 3 4 5 ਮਹੀਨੇ ਦਾ ਪਸ਼ੂ ਗਿਆਪਣ ਹੈ ਉਹ ਦੁੱਧ ਕਮ ਕਰਨ ਲੱਗ ਜੇ ਕਿਉਂ ਬੱਚੇ ਦਾਨੀ ਦਾ ਸਾਈਜ਼ ਵੱਡਾ ਹੋਣ ਲੱਗ ਜੇ ਅਰ ਉਸ ਮੇ ਪਸ਼ੂ ਕੁਦਰਤੀ ਦੁੱਧ ਘਟਾ ਹੋਗਾ ਤੋ ਇਹ ਦੁੱਧ ਘਟਾਣਾ ਹੈ ਪਥੀਬ ਲੇਕਿਨ ਕਈ ਵਾਰ ਇਹਨੂੰ ਕਹਿੰਦੇ ਮੈਂ ਤਾਜ਼ਾ ਟਾਈਮ ਉਸ ਟਾਈਮ ਪਰ ਥੋੜੀ ਬਿਮਾਰ ਥੀ ਫਿਰ ਧੀਰੇ ਧੀਰੇ ਵੱਡਾ ਹੈਗੀ ਫਿਰ 35 ਕਿਲੋ ਪਰ ਵੀ ਆਏਗੀ ਨੂੰ ਘਟਦਾ ਵੱਧਦਾ ਚੱਲੇ ਜਾਏਗਾ ਤੋ ਇਹ ਕਿਸਪਾ ਨਜ਼ਰ ਹੈ ਕਿ ਭਈ ਇਹ ਇਸ ਦਾ ਰਿਕਾਰਡ ਫਲਾਨੀ ਫਲਾਨੀ ਤਿਆਰ ਹੋਣ ਲੱਗ ਰਹੀ ਵਤੋ ਸਾਰੇ ਇੰਡੀਆ ਪਰ ਨਜ਼ਰ ਆਪਣੀ ਅਰਜਮਾ ਸਾਰੇ ਆਪਣੇ ਭਾਈ ਸੈਂ ਬੜੀ ਖੁਸ਼ੀ ਹੋਗੀ ਜੇ ਕੋਈ ਭਾਈ ਰਿਕਾਰਡ ਤੋੜੇਗਾ ਆਨੰਦ ਲਾਂਗੇ ਜਮਾ ਇਹ ਜੋ 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 ਪਸੂਪਾਲਗ ਹੈ ਨਹੀਂ हूं तो थोड़े से दो तीन बात इसी बता दे भाई यही चीज का थोड़ा सा ख्याल रखो कुछ को नहीं भाई जी पशु पालकों की ये कहेंगे भाई मैं ऐसी सी लो जो अच्छी तला बल्टा दे बड़ा हा या ना देखो भाई छोटा सीन देख लिया या वो तो एक ब्यूटी देखोगे जो पीछे भी ज्यादा लागेंगे कई बार लाख सवा डेढ़ दो लाख में ऐसा सौदा तो है भाई वो पच्चीस किलो दूध भी देंदा हो देर भाई मेहनत करो देखो नौकर का भरोसा ही शाक राखो कि भाई वो अपनी निशानी नैर सके चुवाई के टाइम पर खुद चेक करो भाई अपने पशु में मैं दिक्कत से कई बार आप सारी चीज़ नौकर का भरोसा छोड़ दिया हाँ वो ठीक नहीं है आप भी कुछ कहना चाहोगे जी बोला। भाई आपके सभी दर्शकों राम राम कहना तो क्या चाहते हैं भाई रेशमा ने बहुत ही बढ़िया रिकॉर्ड बनाया इसकी खुशी में हम यहाँ मतलब इन्वाइट किया हमारे को हम यहाँ आए और बहुत अच्छा लग रहा है रेशमा का रिकॉर्ड देख के ऐसी बहस कभी कभी पैदा होती है कोई वार्ड में ऐसा नहीं है जैसे सरस्वती ने तेतीस एक सौ इकतीस का बनाया था रिकॉर्ड उन्नीस में शायद बनाया था उसके बाद देख लो तेईस में आकर रिकार्ड टूटा चार साल लगे

जो नरेश की बहू है भाई उसका भी बड़ा योगदान है क्योंकि उसका नाम किसी ने नहीं लिया जबकि वह सारी अन वह सारी अन खदम खदा रह हमने आगे देखे था तो बलटा में एक पासा वाला गया है एक पासा नरेश लग गया है तो उसी भी मैंने बहुत जबरदस्त योगदान दिया आपने किस तरहता लग गया है भैंस का बारे में अपने विचार नीचे कमेंट बॉक्स में जरूर दियो वीडियो ने शेयर कर दिया मिला नेक्स्ट वीडियो हम तब तक के लिए जय हिंद वंदे मातरम जय जवान जय किसान